ਤੁਮਾਲੇ ਵਾਲੇ ਸਿੰਘ ਦੇ ਨਾਲ ਪੁਲਿਸ ਆਫੀਸਰ ਦੇ ਵੱਲੋਂ ਇਸ ਤਰੀਕੇ ਦੀ ਹਰਕਤ ਕੀਤਾ ਜਾਣਾ ਕੀ ਸਮਝਿਆ ਜਾਂਦਾ ਹੈ ਇਹ ਪੁਲਿਸ ਆਫੀਸਰ ਜਿਹੜਾ ਹੈ ਇੱਕ ਐਸਪੀ ਰੈਂਕ ਦਾ ਜਿਹੜਾ ਪੁਲਿਸ ਆਫੀਸਰ ਜਿੱਥੋਂ ਕਮਾਂਡੈਂਟਸ ਜਿਹੜੀਆਂ ਨੇ ਸਟਾਰਟ ਹੋ ਜਾਂਦੀਆਂ ਇਹਦੇ ਥੱਲੇ ਤੁਸੀਂ ਦੇਖੋ ਕਿੰਡੀ ਪਾਵਰ ਹੈ ਇਸ ਬੰਦੇ ਨੂੰ ਥੋੜਾ چھوٹਾ ਮੋਟਾ ਐਸਆਈ ਜਾਂ ਸਬ ਇੰਸਪੈਕਟਰ ਨਹੀਂ ਹੈਗਾ ਜਿਨ੍ਹਾਂ ਨੂੰ ਕੋਈ ਆਰਡਰਸ ਦੇ ਦਿੱਤੇ ਇਹ ਉਹ ਬੰਦਾ ਹੈ ਜਿਹੜਾ ਖੁਦ ਅੱਗੇ ਡਾਇਰੈਕਸ਼ਨਸ ਜਾਰੀ ਕਰਦਾ ਹੈ ਇਕ ਤਸ ਅਫਸਰ ਦੇ ਦਿਮਾਗ ਦੀ ਜਾਂਚ ਕਰਾਉਣੀ ਬਹੁਤ ਜ਼ਰੂਰੀ ਹੈ ਜਾਇ ਇਹਦੇ ਪਿੱਛੇ ਜਿਹੜੀ ਸਾਜ਼ਿਸ਼ ਹੈ ਉਹ ਇੰਨੀ ਗੱਲ ਤੇ ਗਾਲੀ ਗਲੋਚ ਤੇ ਉਤਰ ਆਉਂਦਾ ਤੁਸੀਂ ਦੇਖੋ ਦਿਮਾਲੇ ਨੂੰ ਟਾਰਗੇਟ ਕਰਕੇ ਦਿਮਾਲੇ ਤੇ ਮੁੱਕੇ ਮਾਰੇ ਜਾਂਦੇ ਜੇ ਅਸੀਂ ਕ੍ਰਾਈਮਨਲ ਲਾਅ ਦੀ ਗੱਲ ਕਰੀਏ ਤਾਂ ਇਹਨੂੰ ਕਹਿੰਦੇ ਆਪਾਂ ਜੀਨੋਸਾਈਡਲ ਇੰਪਲਸ ਕਿਸੇ ਦੀ ਨਸਲ ਖੁਸ਼ੀ ਦੀ ਭਾਵਨਾ ਰੱਖਣੀ ਕਿ ਉਹਨਾਂ ਦੇ ਸੰਵਿਧਾਨ ਦੇ ਵਿੱਚ ਇਹ ਚੀਜ਼ਾਂ ਪੜਾਈਆਂ ਜਾਂਦੀਆਂ ਨੇ ਕਿ ਤੁਸੀਂ ਸ਼ਰੇ ਬਾਜ਼ਾਰ ਵਿੱਚ ਜਾਂ ਲੋਕਾਂ ਦੇ ਸਾਹਮਣੇ ਇਸ ਤਰੀਕੇ ਦਾ ਕਿਸੇ ਜਿਹੜਾ ਦੁਮਾਲੇ ਵਾਲੇ ਸਿੰਘ ਦੇ ਨਾਲ ਜਾਂ ਜਿਹੜਾ ਆਪਣੇ ਧਰਮ ਦੇ ਨਾਲ ਪੂਰੇ ਤੌਰ ਤੇ ਜੁੜਿਆ ਹੋਇਆ ਉਹਦੇ ਨਾਲ ਇਸ ਤਰੀਕੇ ਦਾ ਵਿਵਹਾਰ ਕਰੋ ਜਿਹੜੇ ਆਈਐਸਆਈਪੀਐਸ ਦਾ ਪੇਪਰ ਕੱਢਦੇ ਆ ਜਦੋਂ ਮੇਨਸ ਲਿਖਦੇ ਆਈਐਸ ਦਾ ਜਿਹੜਾ ਰਿਟਰਨ ਹੁੰਦਾ ਇੰਟਰਵਿਊ ਤੋਂ ਪਹਿਲਾਂ ਉਹਦੇ ਵਿੱਚ ਬਤੌਰ ਐਥਿਕਸ ਦਾ ਪੇਪਰ ਐਥਿਕਸ ਤੋਂ ਤੁਸੀਂ ਸਮਝਦੇ ਹੋ اخلاق ਕਿਰਦਾਰ ਉਹਦੇ ਵਿੱਚ ਤੁਹਾਨੂੰ オリジナル ਕੇਸ ਸਟਡੀਜ਼ ਆਉਂਦੀਆਂ ਨੇ ਕਿ ਆ ਸਿਚੁਏਸ਼ਨ 'ਚ ਤੁਸੀਂ ਕਿਵੇਂ ਰਿਐਕਟ ਕਰਨਾ ਇੱਥੇ ਕਿਵੇਂ ਰਿਐਕਟ ਜਿਹੜਾ ਬੰਦਾ ਆਪਣਾ ਮੈਂਟਲ ਲੈਵਲ ਹੀ ਸਾਂਭ ਨਹੀਂ ਸਕਦਾ ਜਿਹੜਾ ਐਡੀਕ ਚੀਜ਼ ਦੇ ਉੱਤੇ ਤਾਰੇ ਤੇ ਉਤਰ ਆਉਂਦਾ ਕੀ ਇਸ ਤਰੀਕੇ ਦੇ ਅਫਸਰ ਨੂੰ ਤੁਸੀਂ ਕਿਹਾ ਮਾਫੀ ਕੀ ਇਸ ਤਰੀਕੇ ਦੇ ਅਫਸਰ ਨੂੰ ਕੁਰਸੀ ਤੇ ਬੈਣ ਦਾ ਹੱਕ ਵੀ ਹੈਗਾ ਇਹ じゃ ਕੋਈ ਇੱਕ ਅਫਸਰ ਤਾਂ ਹੋਇਆ ਨਹੀਂ ਪੰਜਾਬ ਪੁਲਿਸ ਦੀ ਵਰਦੀ ਨੂੰ ਇਹਨਾਂ ਦੀ ਇਮੇਜ ਨੇ ਤਾਰ-ਤਾਰ ਕੀਤਾ ਤੁਸੀਂ ਕੇ ਪੀ ਐਸ ਗਿਲ ਬੁੱਚੜ ਤੋਂ ਲਾ ਲਓ ਸਾਬ ਜਿਹੜਾ ਕਿ ਹੁਣ ਪ੍ਰੂਫ ਹੋ ਚੁੱਕਿਆ ਸਾਰਾ TV84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਕੌਮੀ ਨਾਖੂਫ ਮੋਰਚੇ ਦੇ ਆਗੂਆਂ ਦਾ ਅਤੇ ਪੁਲਿਸ ਪ੍ਰਸ਼ਾਸਨ ਦਾ ਆਪਸ ਦੇ ਵਿੱਚ ਸਹਿਮਤੀ ਬਣਦੀ ਹੈ ਕਿ ਇਸ ਇੱਕ ਪਾਸੇ ਦਾ ਜਿਹੜਾ ਰਸਤਾ ਖੁਲਵਾ ਦਿੱਤਾ ਜਾਵੇ ਤਾਂ ਇਸੇ ਨੂੰ ਲੈ ਕੇ ਵੀਪੀਐਸ ਚੌਂਕ ਦੇ ਵਿੱਚ ਕੁਡ ਨਿਹੰਗ ਸਿੰਘਾਂ ਦੇ ਨਾਲ ਪੁਲਿਸ ਆਫੀਸਰਾਂ ਦੇ ਵੱਲੋਂ ਜਿਸ ਤਰੀਕੇ ਦਾ ਵਿਵਹਾਰ ਕੀਤਾ ਜਾਂਦਾ ਏ ਤਾਂ ਉਸ ਦੇ ਮੱਦੇ ਨਜ਼ਰ ਜਿਹੜਾ ਇੱਕ ਪ੍ਰੈਸ ਵਾਰਤਾ ਲਾਪ ਵੀ ਕੀਤਾ ਗਿਆ ਤਾਂ ਉਸ ਪ੍ਰੈਸ ਸਵਾਰਤਾ ਲਾਪਤ ਦੇ ਵਿੱਚ ਮੋਰਚੇ ਦੇ ਆਗੂ ਸਰਦਾਰ ਪਾਲ ਸਿੰਘ ਫਰਾਸਤੇ ਵੱਲੋਂ ਵੀ ਜ਼ਿਕਰ ਕੀਤਾ ਗਿਆ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਖਾਸ ਕਰ ਜਿਹੜੇ ਪੁਲਿਸ ਆਫੀਸਰ ਨੇ ਇਹ ਹਰਕਤ ਕੀਤੀ ਹੈ ਇੱਕ ਨਿਹੰਗ ਸਿੰਘ ਦੇ ਦੁਮਾਲੇ ਵਾਲੇ ਨਿਹੰਗ ਸਿੰਘ ਨੂੰ ਜਿਸ ਤਰੀਕੇ ਦੇ ਨਾਲ ਉਹਦੇ ਨਾਲ ਵਿਵਹਾਰ ਕੀਤਾ ਹੈ ਬਹੁਤ ਨਿੰਦਨਯੋਗ ਹੈ ਤੇ ਇਹਦੇ ਉੱਪਰ ਚਾਹੀਦਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਇਸ ਆਫੀਸਰ ਦੇ ਵੱਲੋਂ ਇਹਦੇ ਉੱਪਰ ਮਾਫੀ ਮੰਗੀ ਜਾਣੀ ਚਾਹੀਦੀ ਹੈ ਆਪਣੀ ਕੀਤੀ ਹੋਈ ਜਿਹੜੀ ਪੋਲੇ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇਸੇ ਦੇ ਉੱਪਰ ਕਾਨੂੰਨੀ ਮਾਹਰ ਵੀ ਮੈਦਾਨ ਦੇ ਵਿੱਚ ਆਏ ਨੇ ਉਹਨਾਂ ਨੇ ਵੀ ਇਸ ਗੱਲ ਦੀ ਵਿਰੋਧਤਾ ਕੀਤੀ ਹੈ ਕਿ ਇੱਕ ਦੁਮਾਲੇ ਵਾਲੇ ਨਿਹੰਗ ਸਿੰਘ ਦੇ ਨਾਲ ਇਸ ਤਰੀਕੇ ਦੀ ਹਰਕਤ ਕਰਨਾ ਬੇਹੱਦ ਮੰਦ ਭਾਗਾ ਇਹ ਕਹਿਣ ਤੋਂ ਪਾਵ ਐਡਵੋਕੇਟ ਗਰਮੋਹਨ ਸਿੰਘ ਨੇ ਮੇਰੇ ਨਾਲ ਸੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹ ਇਸ ਮਸਲੇ ਦੇ ਉੱਪਰ ਕਾਨੂੰਨੀ ਤਰੀਕੇ ਦੇ ਨਾਲ ਕਿਸ ਤਰੀਕੇ ਦੀ ਪੇਰਵਾਹੀ ਕਰਨਗੇ ਸਰ ਸਵਾਗਤ ਸਭ ਤੋਂ ਪਹਿਲਾਂ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਸਰ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਕੌਮਨ ਸਾਫ ਮੋਰਚੇ ਦੇ ਵੀਪੀਐਸ ਚੌਂਕ ਦੇ ਵਿੱਚ ਨਿਹੰਗ ਸਿੰਘ ਦੇ ਨਾਲ ਉਹ ਦੁਮਾਲੇ ਵਾਲੇ ਸਿੰਘ ਦੇ ਨਾਲ ਪੁਲਿਸ ਪੁਲਿਸ ਅਫੀਸਰ ਦੇ ਵੱਲੋਂ ਇਸ ਤਰੀਕੇ ਦੀ ਹਰਕਤ ਕੀਤਾ ਜਾਣਾ ਕੀ ਸਮਝਿਆ ਜਾਵੇ ਤੁਸੀਂ ਦੇਖੋ ਕਿ ਤੁਸੀਂ ਜਿਵੇਂ ਆਪਣੀ ਅੱਜ ਮੈਂ ਤੁਹਾਡੇ ਲਫ਼ਜ਼ਾਂ ਤੇ ਹੀ ਜਵਾਬ ਦੇਣਾ ਜਿਵੇਂ ਤੁਸੀਂ ਇੰਟਰੋਡਕਸ਼ਨ ਦਿੱਤੀ ਆ ਆਪਣੀ ਇੰਟਰਵਿਊ 'ਚ ਕਿ ਮਾਫੀ ਮੰਗਣ ਮਾਫੀ ਹੁੰਦੀ ਹੈ ਗਲਤੀ ਦੀ ਇਹ ਗਲਤੀ ਨਹੀਂ ਹੈਗੀ ਇਹ ਗੁਨਾਹ ਹੈ ਗੁਨਾਹ ਦੇ ਵਾਸਤੇ ਦੋ ਤਰ੍ਹਾਂ ਦੇ ਗੁਨਾਹ ਹੁੰਦੇ ਨੇ ਤੁਸੀਂ ਦੇਖੋ ਜਿਹੜਾ ਇੰਡੀਆ ਦਾ ਸਿਸਟਮ ਬਣਿਆ ਇਹ ਕ੍ਰਿਮੀਨਲ ਅਫੈਂਸ ਹੈ ਜਿਹੜਾ ਕੀ ਕ੍ਰਾਈਮ ਅਗੇਂਸਟ ਸਟੇਟ ਹੁੰਦਾ ਜਿਹੜਾ ਤੁਸੀਂ ਆਪਾਂ ਫੌਜਦਾਰੀ ਦੇ ਮੁਕੱਦਮੇ ਹੁੰਦੇ ਨੇ ਇਹ ਆਮ ਬੰਦਾ ਜੇ ਕਰਦਾ ਤਾਂ ਇਹ ਸਟੇਟ ਦੇ ਖਿਲਾਫ ਗੁਨਾਹ ਕਰ ਰਿਹਾ ਇਹ ਪੁਲਿਸ ਅਫੀਸਰ ਜਿਹੜਾ ਆ ਇੱਕ ਐਸਪੀ ਰੈਂਕ ਦਾ ਜਿਹੜਾ ਪੁਲਿਸ ਅਫੀਸਰ ਹੈ ਜੇ ਥੋ ਕਮਾਂਡੈਂਟਸ ਜਿਹੜੀਆਂ ਨੇ ਸਟਾਰਟ ਹੋ ਜਾਂਦੀਆਂ ਵੇਦੇ ਥੱਲੇ ਤੁਸੀਂ ਦੇਖੋ ਕਿੰਡੀ ਪਾਵਰ ਹੈ ਇਸ ਬੰਦੇ ਕੋਲ ਕਿਉਂਕਿ ਛੋਟਾ ਮੋਟਾ ASI ਜਾਂ ਸਬ ਇਨਸਪੈਕਟਰ ਨਹੀਂ ਹੈਗਾ ਜਿਨ੍ਹਾਂ ਨੂੰ ਕੋਈ ਆਰਡਰਸ ਦੇ ਦਿੱਤੇ ਇਹ ਉਹ ਬੰਦਾ ਹੈ ਜਿਹੜਾ ਖੁਦ ਅੱਗੇ ਡਾਇਰੈਕਸ਼ਨਸ ਜਾਰੀ ਕਰਦਾ ਤੁਸੀਂ ਦੇਖੋ ਇੱਥੇ ਹੋਇਆ ਕੀ ਹੈ ਜੇ ਤੁਸੀਂ ਸਾਰੀ ਇਵੈਂਟ ਦੁਬਾਰਾ ਦੇਖੋ ਵੀਡੀਓ ਦੇ ਜ਼ਰੀਏ ਕਿ ਇਹ ਦੇਖਣ ਨੂੰ ਕੱਪੜਿਆਂ ਤੋਂ ਜਿਹੜਾ ਆਫੀਸਰ ਹੈ ਮਤਲਬ ਇਹ ਪੱਗ ਬੰਦਾ ਤੇ ਜਿਹੜਾ ਇਹਦਾ ਨਾਮ ਹੈ ਇਹ ਸਿੱਖ ਧਰਮ ਦਾ ਆਲਾ ਲੱਗਦਾ ਬਟ ਇੱਕ ਤੀਜੀ ਚੌਥੀ ਦੇ ਬੱਚੇ ਨੂੰ ਵੀ ਪਤਾ ਹੁੰਦਾ ਕਿ ਨਿਸ਼ਾਨ ਸਾਹਿਬ ਕੀ ਹੈ ਕਿਉਂਕਿ ਅਕਸਰ ਅਸੀਂ ਗੁਰੂ ਘਰਾਂ ਦੇ ਵਿੱਚ ਜਾਂਦੇ ਹਾਂ ਤੇ ਨਿਸ਼ਾਨ ਸਾਹਿਬ ਨੂੰ ਅਸੀਂ ਸਿਰ ਨਵਾਉਂਦੇ ਹਾਂ ਉਹਦੀ ਪ੍ਰਕਰਮਾ ਕਰਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਜਦੋਂ ਪ੍ਰਕਰਮਾ ਹੁੰਦੀ ਹੈ ਨਿਸ਼ਾਨ ਸਾਹਿਬ ਦੀ ਵੀ ਪ੍ਰਕਰਮਾ ਹੁੰਦੀ ਹੈ ਤੇ ਨਿਸ਼ਾਨ ਹੈ ਜਿਹੜਾ ਇੱਕ ਸਪਿਰਚੁਅਲ ਜਿਹੜਾ ਸਿੰਬਲ ਆ ਖੰਡੇ ਦਾ ਸਿੱਖ ਰੀਜਾਂ ਦੇ ਵਿੱਚ ਜਿਹੜਾ ਕਿ ਇੰਡੀਆ ਦਾ ਜਿਹੜਾ ਕਨਸਟੀਟਿਊਸ਼ਨ ਆ ਉਹਦੀਆਂ ਜਿਹੜੀਆਂ ਧਾਰਾਵਾਂ ਨੇ ਜਿਹੜੀਆਂ ਨੂੰ ਸੇਫਗਾਰਡ ਕਰਦੀਆਂ ਨੇ ਆਈਪੀਸੀ ਦੇ ਵਿੱਚ ਕ੍ਰਿਮੀਨਲ ਪ੍ਰੋਵੀਜ਼ਨਸ ਨੇ ਧਰਮ ਦੀ ਬੇਪਤੀ ਤੇ ਧਰਮ ਦੀ ਬੇਹਰਮਤੀ ਦੇ ਲਈ ਤੁਸੀਂ ਦੇਖੋ ਇਹ ਆਫੀਸਰ ਕਰਦਾ ਕੀ ਹੈ ਤੁਸੀਂ ਬੈਕਡ੍ਰੌਪ ਵੱਲ ਜਾਓ ਜੇ ਇਨਸੀਡੈਂਟ ਦੇ ਉਹਨਾਂ ਨੂੰ ਨਿਸ਼ਾਨ ਸਾਹਿਬ ਪੱਟਣ ਨੂੰ ਕਹਿੰਦਾ ਤੇ ਉਹ ਗੋਂ ਜਿਹੜੇ ਨੌਜਵਾਨ ਨੇ ਉਹ ਕੋਈ ਇਸ ਤਰੀਕੇ ਦੀ ਰੈਜ਼ੈਂਟਮੈਂਟ ਜਿਹੜੀ ਉਹ ਦਿਖਾਣੀ ਚਾ ਰਹੇ ਆ ਉਹ ਬੜੇ ਖਲੀਮੀ ਨਾਲ ਕਹਿ ਰਹੇ ਆ ਕਿ ਬਾਬਾ ਲਾਭ ਸਿੰਘ ਜੀ ਜਿਹੜੇ ਇੱਕ ਬਜ਼ੁਰਗ ਨੇ ਉਹਨਾਂ ਨੇ ਨਿਸ਼ਾਨ ਸਾਹਿਬ ਲਾਇਆ ਤੇ ਉਹ ਹੀ ਆ ਕੇ ਪੱਟਣਗੇ ਅਸੀਂ ਨਹੀਂ ਪੱਟ ਸਕਦੇ ਕਿਉਂਕਿ ਸ਼ਾਇਦ ਔਰ ਮੇਰੇ ਹਿਸਾਬ ਸਿਰ ਜਿਹੜਾ ਇਸ ਰੈਂਕ ਤੇ ਆ ਇੰਨੀ ਕਿ ਤਾਂ ਉਹਦੀ ਮਾਨਸਿਕ ਲੈਵਲ ਹੋਊਗਾ ਇੱਕ ਇਮੋਸ਼ਨਲ ਕੋਸ਼ੀਐਂਟ ਹੀ ਹੁੰਦਾ ਕਿ ਨਿਸ਼ਾਨ ਸਾਹਿਬ ਜਿਹੜਾ ਆ ਉਹ ਕੀ ਇੰਪੋਰਟੈਂਸ ਰੱਖਦਾ ਫੇਰ ਉਹ ਕੀ ਕਰਦਾ ਆ ਇੰਨੀ ਗੱਲ ਦੇ ਵਿੱਚ ਇੱਕੋਦਮੀ ਇੱਕ ਤਾਂ ਇਸ ਅਫਸਰ ਦੇ ਦਿਮਾਗ ਦੀ ਜਾਂਚ ਕਰਾਉਣੀ ਬਹੁਤ ਜ਼ਰੂਰੀ ਆ ਜਾਇ ਦੇ ਪਿੱਛੇ ਜਿਹੜੀ ਸਾਜ਼ਿਸ਼ ਆ ਉਹ ਇੰਨੀ ਗੱਲ ਤੇ ਗਾਲੀ ਗਲੋਚ ਤੇ ਉੱਤਰ ਆਉਂਦਾ ਤੁਸੀਂ ਦੇਖੋ ਦਿਮਾਲੇ ਨੂੰ ਟਾਰਗੇਟ ਕਰਕੇ ਦਿਮਾਲੇ ਤੇ ਮੁੱਕੇ ਮਾਰੇ ਜਾਂਦੇ ਆ ਜਿਹੜਾ ਕਿ ਇੱਕ ਦੇਖਿਆ ਜਾਵੇ ਜੇ ਸਿੱਖ ਧਰਮ ਕੋਲ ਜਦੋਂ ਆਪਾਂ ਦੇਖਦੇ ਆ ਕੁਸ਼ਟ ਜਾਂ ਜ਼ਿੰਦਗੀ ਤੋਂ ਵੀ ਜ਼ਿਆਦਾ ਇੰਪੋਰਟੈਂਸ ਰੱਖਦੀ ਆ ਇਸ ਇਦਾ ਦੀ ਕੌਮ ਆ ਲਾਉ ਡੁੱਲਿਆ ਤੇ ਇੱਕ ਦਸਤਾਰ ਦੇ ਪਿੱਛੇ ਜਿਹੜੇ ਇੱਥੇ ਸੀਸ ਦਿੱਤਾ ਸਿਰਣ ਜਿਹੜਾ ਆਪਾਂ ਕਹਿੰਨੇ ਆ ਸੀਸ ਦੀ ਆ ਪਰ ਸਿਰੜ ਨਾ ਦੀ ਤੁਸੀਂ ਇੱਥੇ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੇ ਆਫੀਸਰ ਇਸ ਰਿਲੀਜਨ ਦਾ ਨਾਂ ਵੀ ਹੋਵੇ ਇੱਕ ਆਮ ਇੰਡੀਆ ਦਾ ਆਫੀਸਰ ਹੀ ਆ ਅਸੀਂ ਉਹ ਤੋਂ ਇਹ ਬਿਲਕੁਲ ਵੀ ਐਕਸਪੈਕਟ ਨਹੀਂ ਕਰ ਸਕਦੇ ਕਿਉਂਕਿ ਮੋਰਚੇ ਵਾਲੇ ਤਾਂ ਖੁਦ ਕੰਟ੍ਰਿਬਿਊਟ ਕਰ ਰਹੇ ਆ ਹਰ ਚੀਜ਼ ਦੇ ਵਿੱਚ ਜਿਨ੍ਹਾਂ ਨੇ ਰਾਹ ਖੋਲਣ ਲਈ ਕਿਹਾ ਤੇ ਉਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਨੇ ਨਾਲ ਪੀਸਫੁਲੀ ਸਾਰਾ ਕੁਝ ਚੱਲ ਰਿਹਾ ਤੇ ਭਾਰਤ ਦਾ ਸੰਵਿਧਾਨ ਪੀਸਫੁਲ ਪ੍ਰੋਟੈਸਟ ਦੀ ਜਿਹੜੀ ਹੈ ਇਜਾਜ਼ਤ ਦਿੰਦਾ ਤੇ ਇਸ ਤੋਂ ਇਲਾਵਾ ਜੇ ਤੁਸੀਂ ਇੰਟਰਨੈਸ਼ਨਲ ਲਾਅ ਦੀ ਗੱਲ ਕਰੋ ਤਾਂ ਯੂਨਾਈਟਿਡ ਨੇਸ਼ਨ ਦੇ ਵੀ ਜਨਰਲ ਅਸੈਂਬਲੀ ਦੇ 10 ਪੀਸਫੁਲ ਪ੍ਰਿੰਸੀਪਲਸ ਹੈਗੇ ਨੇ ਜਿਹੜਾ ਇੰਟਰਨੈਸ਼ਨਲ ਲਾਅ ਹੈ ਕਿ ਅਮਨ ਸ਼ਾਂਤੀ ਦੇ ਨਾਲ ਇਹ ਕੀ ਮੰਗ ਰਹੇ ਨੇ ਬੰਦੇ ਕੌਣ ਨੇ ਜਿਨ੍ਹਾਂ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਸਿਰਫ ਔਰ ਸਿਰਫ ਕੀ ਮੰਗ ਰਹੇ ਆ ਕਿਉਂ ਨਾ ਸਿੰਘਾਂ ਨੂੰ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ ਰਿਹਾ ਕਰ ਦਿੱਤਾ ਜਾਵੇ ਉਸ ਸਾਰੇ ਦੇ ਉੱਤੇ ਇਸ ਤਰੀਕੇ ਦਾ ਜਿਹੜਾ ਐਟੀਟਿਊਡ ਹੈ ਇਸ ਪੁਲਿਸ ਆਫੀਸਰ ਦਾ ਇਹ ਇਕੱਲਾ ਸ਼ੱਕ ਦੇ ਘੇਰੇ ਚ ਨਹੀਂ ਹੈ ਇਹ ਪੂਰੇ ਦਾ ਪੂਰਾ ਹੀ ਜੇ ਦੇਖਿਆ ਜਾਵੇ ਕਿ ਉਕਸਾਉਣਾ ਜਜ਼ਬਾਤ ਪੜਕਾਉਣੇ ਜੇ ਅਸੀਂ ਕ੍ਰਿਮੀਨਲ ਲਾਅ ਦੀ ਗੱਲ ਕਰੀਏ ਤਾਂ ਇਹਨੂੰ ਕਹਿੰਦੇ ਆਪਾਂ ਜੀਨੋਸਾਈਡਲ ਇੰਪਲਸ ਕਿਸੇ ਦੀ ਨਸਲ ਕੁਸ਼ੀ ਦੀ ਭਾਵਨਾ ਰੱਖਣੀ ਕਿਉਂਕਿ ਆਪਾਂ ਗੱਲ ਕਰਦੇ ਆ ਪੰਥ ਦੀ ਅਕਸਰ ਸਾਡੇ ਚ ਆਖਿਆ ਜਾਂਦਾ ਪੰਥ ਵਸੇ ਮੈਂ ਉਹ ਜਿਹੜਾ ਮਨ ਚਾਉ ਕਨੇਰਾ ਤੇ ਜੇ ਤੁਸੀਂ ਪੰਜਾਬ ਪੁਲਿਸ ਦੀ ਵੀ ਗੱਲ ਕਰੋ ਉਹ ਗੁਰਮਤ ਤੋਂ ਸੇਧ ਲੈਂਦੀ ਹੈ ਪਿੱਛੇ ਲਿਖਿਆ ਹੁੰਦਾ ਸ਼ੁਭ ਕਰਮਨ ਤੇ ਕਬਹੂ ਮਤ ਠੀਕ ਹੈ ਜੀ ਫਿਰ ਲਿਖਿਆ ਹੁੰਦਾ ਸੰਤਾਂ ਮੰਨੋ ਦੁਸ਼ਟਾਂ ਦਾ ਨੋ ਤੇ ਇਹ ਗੁਰਮਤ ਤੋਂ ਹੀ ਸਿਧਾਂਤ ਲੈ ਕੇ ਪੰਜਾਬ ਪੁਲਿਸ ਦੇ ਆ ਜਿਹੜੇ ਆਫੀਸਰਸ ਨੇ ਇਹ ਕੀ ਕਰ ਰਹੇ ਨੇ ਸਰ ਇਹਦੇ ਵਿੱਚ ਸਵਾਲ ਹੈ ਜਿਸ ਤਰੀਕੇ ਦੇ ਨਾਲ ਇੱਕ ਦੁਮਾਲੇ ਵਾਲੇ ਸਿੰਘ ਨੂੰ ਗਾਲੀ ਗਲੋਚ ਕੀਤਾ ਜਾਂਦਾ ਧੱਕੇ ਮਾਰੇ ਜਾਂਦੇ ਆ ਤੁਸੀਂ ਵੀ ਪੇਸ਼ੇ ਤੋਂ ਵਕੀਲ ਹੋ ਜਦੋਂ ਪੁਲਿਸ ਆਫੀਸਰ ਨੂੰ ਕਿਸੇ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਚਾਹੇ ਉਹ ਕਾਂਸਟੇਬਲ ਵੀ ਹੋਵੇ ਕਿ ਉਹਨਾਂ ਦੇ ਸਵਿਧਾਨ ਦੇ ਵਿੱਚ ਇਹ ਚੀਜ਼ਾਂ ਪੜਾਈਆਂ ਜਾਂਦੀਆਂ ਨੇ ਕਿ ਤੁਸੀਂ ਸ਼ਰੇ ਬਾਜ਼ਾਰ ਵਿੱਚ ਜਾਂ ਲੋਕਾਂ ਦੇ ਸਾਹਮਣੇ ਇਸ ਤਰੀਕੇ ਦਾ ਕਿਸੇ ਜਿਹੜਾ ਦੁਮਾਲੇ ਵਾਲੇ ਸਿੰਘ ਦੇ ਨਾਲ ਜਾਂ ਜਿਹੜਾ ਆਪਣੇ ਧਰਮ ਦੇ ਨਾਲ ਪੂਰੇ ਤੌਰ ਤੇ ਜੁੜਿਆ ਹੋਇਆ ਉਹਦੇ ਨਾਲ ਇਸ ਤਰੀਕੇ ਦਾ ਵਿਵਹਾਰ ਕਰੋ ਬਿਲਕੁਲ ਨਹੀਂ ਪੜਾਇਆ ਜਾਂਦਾ ਤੁਸੀਂ ਕਹਿੰਦੇ ਹੋ ਕਿ ਆਫੀਸਰਸ ਦੀ ਟ੍ਰੇਨਿੰਗ ਪੇਪਰ ਦੇ ਵਿੱਚ ਜਿਹੜੇ ਆਈਐਸਆਈਪੀਐਸ ਦਾ ਪੇਪਰ ਕੱਢਦੇ ਆ ਜਦੋਂ ਮੇਨਸ ਲਿਖਦੇ ਆਈਐਸ ਦਾ ਜਿਹੜਾ ਰਿਟਰਨ ਹੁੰਦਾ ਇੰਟਰਵਿਊ ਤੋਂ ਪਹਿਲਾਂ ਉਹਦੇ ਵਿੱਚ ਬਤੌਰ ਐਥਿਕਸ ਦਾ ਪੇਪਰ ਹੈ ਐਥਿਕਸ ਤੋਂ ਤੁਸੀਂ ਸਮਝਦੇ ਹੋ اخلاق ਕਿਰਦਾਰ ਉਹਦੇ ਵਿੱਚ ਤੁਹਾਨੂੰ オリジナル ਕੇਸ ਸਟਡੀਜ਼ ਆਉਂਦੀਆਂ ਨੇ ਕਿ ਆ ਸਿਚੁਏਸ਼ਨ 'ਚ ਤੁਸੀਂ ਕਿਵੇਂ ਰਿਐਕਟ ਕਰਨਾ ਇੱਥੇ ਕਿਵੇਂ ਰਿਐਕਟ ਕਰਨਾ ਤੇ ਇੰਡੀਆ ਦੇ ਜੇ ਅਸੀਂ ਕਨਸਟੀਟਿਊਸ਼ਨ ਦੀ ਗੱਲ ਕਰੀਏ ਤੇ سٹਾਰਟ ਕਿੱਥੋਂ ਹੁੰਦਾ 20 ਦਾ ਪੀਪਲ ਆਫ ਇੰਡੀਆ ਲੋਕਾਂ ਨੂੰ ਪਾਵਰ ਦਿੰਦੀ ਆ ਜੇ ਆਪਾਂ ਸਾਰਾ ਕੁਝ ਕਾਨੂੰਨ ਦੀ ਗੱਲ ਕਰੀਏ ਇੰਟਰਪ੍ਰੀਟੇਸ਼ਨ ਜਿਹੜੀ ਅਸਲੀ ਹੈਗੀ ਆ ਲਾਅ ਦੀ ਗ੍ਰੈਨਵਿਲੇ ਆਸਟਨ ਜਿਨੇ ਭਾਰਤ ਦੇ ਸੰਵਿਧਾਨ ਤੇ ਸਭ ਤੋਂ ਤਕੜੀ ਕਮੈਂਟਰੀ ਕੀਤੀ ਆ سٹਾਰਟ ਇੱਥੋਂ ਹੁੰਦਾ 20 ਦਾ ਪੀਪਲ ਆਫ ਇੰਡੀਆ ਹੈਵਿੰਗ ਸੋ ਲੇਮਨਲੀ ਰੀਜ਼ੋਲਵਡ ਇੰਡੀਆ ਇਨਟੂ ਅ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕਰੈਟਿਕ ਰਿਪਬਲਿਕ ਹੁਣ ਸੈਕੂਲਰ ਦਾ ਮਤਲਬ ਕੀ ਹੈ ਧਰਮ ਨਿਰਪੱਖਵਾਦ ਪਰ ਜਿਹੜੀਆਂ ਇੱਥੇ ਮਾਈਨੋਰਟੀਜ਼ ਨੇ ਉਹਨਾਂ ਨੂੰ ਅਸਲ ਦੇ ਵਿੱਚ ਆਪਣੇ ਹੱਕਾਂ ਹਕੂਕਾਂ ਕਰਕੇ ਹੁਣ ਤੱਕ ਜਿਹੜਾ ਹੈ ਲੜਨਾ ਪੈ ਰਿਹਾ ਹੁਣ ਇੱਥੇ ਉਹ ਆਫੀਸਰ ਹੈ ਜਿਹੜਾ ਤੁਸੀਂ ਇਹਦਾ ਕੰਟਰਾਸਟ ਦੇਖੋ ਕੁਝ ਚੀਜ਼ਾਂ ਨਾਲ ਪਿੱਛੇ ਜੇ ਪੰਜਾਬ ਦੇ ਵਿੱਚ ਹਾਲਾਤ ਬੜੇ ਖਰਾਬ ਜਿਹੜੇ ਆ ਇਹਨਾਂ ਨੇ ਕਰਵਾ ਦਿੱਤੇ ਸੀ ਜੇ ਤੁਸੀਂ ਪ੍ਰਸ਼ਾਸਨ ਦੀ ਗੱਲ ਕਰੋ ਇੱਕ 10ਵੀਂ 12ਵੀਂ ਦੇ ਬੱਚੇ ਦੇ ਉੱਤੇ ਵੀ ਮਹਿਜ਼ ਕੁਝ ਸਿਰਫ ਇੱਕ ਫੋਟੋ ਕਲਿੱਕ ਕਰਨ ਕਰਕੇ ਪੁਲਿਸ ਨੇ ਇੰਟਰੋਗੇਸ਼ਨਸ ਕੀਤੀਆਂ ਕਿਸੇ ਨੂੰ ਵੀ ਸਮਨ ਕੀਤਾ ਤੇ ਉੱਥੇ ਜਿਹੜੇ ਇਸ ਲੈਵਲ ਦੇ ਇਸ ਕੈਲੀਬਰ ਦੇ ਆਫੀਸਰਸ ਨੇ ਕੀ ਪ੍ਰਸ਼ਾਸਨ ਨੂੰ ਇਹਨਾਂ ਨੇ ਜੋ ਕੀਤਾ ਉਹ ਦਿਖ ਨਹੀਂ ਰਿਹਾ ਜਾਂ ਪ੍ਰਸ਼ਾਸਨ ਘੋੜੇ ਵੇਚ ਕੇ ਕੋਈ ਗਹਿਰੀ ਨੀਂਦ ਸੁੱਤਾ ਹੋਇਆ ਜਿਹੜੀ ਦੇਖਣ ਵਾਲੀ ਗੱਲ ਹੈ ਇੱਥੇ ਕਿਉਂਕਿ ਨਾਰਮਲ ਤਾਂ ਕਿਸੇ ਵੀ ਇੰਡੀਵਿਜੂਅਲ ਤੇ ਤੁਸੀਂ ਦੇਖੋ ਪੁਲਿਸ ਵਾਲੇ ਨੇ ਜੇ ਵਰਦੀ ਨਾ ਪਾਈ ਹੋਵੇ ਤੁਸੀਂ ਉਹਦੀ ਬਾਡੀ ਲੈਂਗੁਏਜ ਦੇਖੋ ਜਿਸ ਤਰੀਕੇ ਨਾਲ ਉਹ ਮਾਵਾ ਪੈਣਾ ਦੀਆਂ ਗਾਲਾਂ ਕੱਢ ਰਿਹਾ ਸਬਕ ਭਾਸ਼ਾ ਵਰਤ ਰਿਹਾ ਜਿਸ ਤਰੀਕੇ ਨਾਲ ਉਹ ਸਭ ਕੁਝ ਕਰ ਰਿਹਾ ਜਿਹੜੇ ਸੜਕ ਦੇ ਗੁੰਡੇ ਮਵਾਲੀ ਸੜਕ ਛਾਪ ਗੁੰਡੇ ਹੁੰਦੇ ਨੇ ਜਿਵੇਂ ਪੁਰਾਣੇ ਆਪਾਂ ਟਰਮ ਵਰਤੇ ਹੁੰਦੇ ਸੀ 5 ਨੰਬਰੀ ਬਦਮਾਸ਼ 10 ਨੰਬਰੀ ਬਦਮਾਸ਼ ਜਦੋਂ ਕਿਸੇ ਇਲਾਕੇ ਚ ਕੋਈ ਕ੍ਰਾਈਮ ਹੁੰਦਾ ਤੇ ਸਭ ਤੋਂ ਪਹਿਲਾਂ ਪੁਲਿਸ ਉਹਨਾਂ ਦੀ ਜਿਹੜੀ ਹੈ ਇੰਟਰੋਗੇਸ਼ਨ ਕਰਦੀ ਆ ਉਹਨਾਂ ਨੂੰ ਚੱਕਦੀ ਆ ਕਿਉਂਕਿ ਮੇਰਾ ਪੇਸ਼ਾ ਜਿਹੜਾ ਕ੍ਰਿਮੀਨੋਲੋਜਿਸਟਾ ਮੈਂ ਉਸ ਤਰੀਕੇ ਦੀ ਉਸ ਪੁਲਿਸ ਵਾਲੇ ਦੀ ਜਿਹੜੀ ਆ ਬਾਡੀ ਲੈਂਗੁਏਜ ਤੇ ਦੂਜਾ ਜਿਹੜਾ ਮੈਂ ਜਿਸ ਗੱਲ ਤੇ ਹੈਰਾਨ ਆ ਪ੍ਰਸ਼ਾਸਨ ਦੇ ਵਿੱਚ ਜੇ ਇਸ ਤਰੀਕੇ ਦੇ ਅਫਸਰ ਨੇ ਤੇ ਮੁਹਾਲੀ ਪੰਜਾਬ ਦਾ ਇੱਕ ਹੱਸਦਾ ਵਸਦਾ ਸ਼ਹਿਰ ਆ ਜਿੱਥੋਂ ਟ੍ਰੇਡ ਕਾਮਰਸ એનਰਜੀ ਜੀ ਜਿਹੜੀ ਆ ਪੰਜਾਬ ਡਰਾਈਵ ਕਰਦਾ ਕਿੱਡਾ ਇੱਥੋਂ ਫਾਈਨੈਂਸ਼ੀਅਲ ਕੈਪੀਟਲ ਆਉਂਦਾ ਕਿੰਨਾ ਕੁਝ ਆਉਂਦਾ ਤੇ ਐਸਪੀ ਰੈਂਕ ਦੇ ਹੋ ਕੇ ਉਹਨਾਂ ਦੇ ਮੋਢਿਆਂ ਤੇ ਕਿੰਨੀਆਂ ਜ਼ਿੰਮੇਵਾਰੀਆਂ ਹੋਣਗੀਆਂ ਜਿਹੜਾ ਬੰਦਾ ਆਪਣਾ ਮੈਂਟਲ ਲੈਵਲ ਹੀ ਸੰਭ ਨਹੀਂ ਸਕਦਾ ਜਿਹੜਾ ਏਡੀਕ ਚੀਜ਼ ਦੇ ਉੱਤੇ ਸਤਾਰੇ ਤੇ ਉਤਰ ਆਉਂਦਾ ਕੀ ਇਸ ਤਰੀਕੇ ਦੇ ਅਫਸਰ ਨੂੰ ਤੁਸੀਂ ਕਿਹਾ ਮਾਫੀ ਕੀ ਇਸ ਤਰੀਕੇ ਦੇ ਅਫਸਰ ਨੂੰ ਕੁਰਸੀ ਤੇ ਬੈਣ ਦਾ ਹੱਕ ਵੀ ਹੈਗਾ ਕਿਉਂਕਿ ਇੰਡੀਆ ਦਾ ਜੇ ਤੁਸੀਂ ਕਨਸਟੀਟਿਊਸ਼ਨ ਦੇਖੋ ਉਹ ਚ ਹੋਰ ਚੀਜ਼ਾਂ ਇਹ ਮਰਜ਼ ਹੁੰਦੀਆਂ ਐਡਮਿਨਿਸਟ੍ਰੇਟਿਵ ਰਿਫਾਰਮ ਕਮਿਸ਼ਨ ਦੀਆਂ ਰਿਪੋਰਟਸ ਨੇ ਕਿ ਪੁਲਿਸ ਕਿਵੇਂ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਕਿਵੇਂ ਹੋਣਾ ਚਾਹੀਦਾ ਪੰਜਾਬ ਸਰਵਿਸ ਐਨਲਿਸਟਮੈਂਟ ਰੂਲਸ ਨੇ ਗਵਰਨਮੈਂਟ ਸਰਵੈਂਟਸ ਦੇ ਰੂਲਸ ਨੇ ਸਾਰੀਆਂ ਚੀਜ਼ਾਂ ਦੀ ਵਾਇਓਲੇਸ਼ਨ ਹੈ ਜੇ ਤੁਸੀਂ ਲਾਅ ਦੀ ਗੱਲ ਕਰਦੇ ਕਿਉਂਕਿ ਅਸੀਂ ਆਮ ਨਾਗਰਿਕਾਂ ਤੱਕ ਗੱਲ ਕਰਨੀਆਂ ਉਹ ਜੋ ਅਸੀਂ ਜੁਡੀਸ਼ਰੀ ਚੋਂ ਰਿਲੀਫ ਲਾਂਗੇ ਜੇ ਪ੍ਰਸ਼ਾਸਨ ਕੋਈ ਐਕਸ਼ਨ ਨਹੀਂ ਲੈਂਦਾ ਅਸੀਂ ਕੱਲੇ ਦੇ ਬਾਰੇ ਇੱਕ ਪ੍ਰੈਸ ਵਾਰਤਾ ਕੀਤੀ ਆ ਮੋਰਚੇ ਵੱਲੋਂ ਕਿ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਸਰਕਾਰ ਨੂੰ ਅਪੀਲ ਕਰਦੇ ਆ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਅਪੀਲ ਕਰਦੇ ਆ ਕਿ ਸੂਓ ਮੋਟੋ ਮਤਲਬ ਆਪਣੇ ਆਪ ਐਸ ਪਰ ਲਾਅ ਸੂਓ ਮੋਟੋ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਤੇ ਜੇ ਉਹ ਨਹੀਂ ਲੈਂਦੇ ਤੇ ਫਿਰ ਸਾਨੂੰ ਮਜਬੂਰ ਹੋ ਕੇ ਕੋਟਦਾਰਾ ਖੜਕਾਉਣਾ ਪਊਗਾ ਐਕਸ਼ਨ ਕਿਸ ਤਰ੍ਹਾਂ ਦਾ ਐਕਸ਼ਨ ਤੁਸੀਂ ਦੇਖੋ ਇਸ ਤਰੀਕੇ ਦੇ ਉੱਤੇ ਦਾ ਡਿਸਮਿਸਲ ਆਫ ਸਰਵਿਸ ਤੱਕ ਹੋਣਾ ਚਾਹੀਦਾ ਤੁਹਾਡੇ ਕੋਲ ਮੈਂ ਪੁਰਾਣੀ ਐਗਜ਼ਾਮਪਲ ਦੇਣਾ ਪਰਮਰਾਜ ਸਿੰਘ ਉਮਰਾਨੰਗਲ ਦੀ ਉਹ ਹਾਲੇ ਤੱਕ ਸਸਪੈਂਡ ਚੱਲ ਰਿਹਾ ਇਹ じゃ ਕੋਈ ਇੱਕ ਅਫਸਰ ਤਾਂ ਹੋਇਆ ਨਹੀਂ ਪੰਜਾਬ ਪੁਲਿਸ ਦੀ ਵਰਦੀ ਨੂੰ ਇਹਨਾਂ ਦੀ ਇਮੇਜ ਨੇ ਤਾਰ-ਤਾਰ ਕੀਤਾ ਤੁਸੀਂ ਕੇਪੀਐਸ ਗਿਲ 부ਚੜ ਤੋਂ ਲਾ ਲਓ ਸਾਹਿਬ ਜਿਹੜਾ ਕਿ ਹੁਣ ਪ੍ਰੂਫ ਹੋ ਚੁੱਕਿਆ ਸਾਰਾ ਕਾਲੀ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਸ਼ਹਾਦਤ ਦਿਹਾੜਾ ਸੀ ਕਿਉਂਕਿ 1995 ਨੂੰ 6 ਸਤੰਬਰ ਨੂੰ ਉਹਨਾਂ ਨੂੰ ਘਰੋਂ ਚੱਕਿਆ ਜਾਂਦਾ ਜਿਹੜੇ ਕਿ 25000 ਲਵਾਰਿਸ ਲਾਸ਼ਾਂ ਦੀ ਲਿਸਟ ਬਣਾਉਂਦੇ ਆ ਤੇ ਉਹ 25000 ਇੱਕ ਪੁਲਿਸ ਨੇ ਉਹਨਾਂ ਨੂੰ ਧਮਕੀ ਦਿੱਤੀ ਸੀ ਵੀ ਤੈਨੂੰ 25000 ਦਾ ਨਾਂ ਨਹੀਂ ਦਾਂਗੇ ਤੈਨੂੰ 25000 ਇੱਕ ਨੰਬਰ ਦਾਂਗੇ ਤੁਸੀਂ ਸਮਝ ਰਹੇ ਹੋ ਇਹਦਾ ਮਤਲਬ ਕੀ ਤੂੰ ਵੀ ਉਹਨਾਂ ਲਾਸ਼ਾਂ 'ਚ ਹੋਏਂਗਾ ਤੇ ਉਹ ਸਾਰਾ ਕੁਝ ਹੋ ਗਿਆ ਪ੍ਰੂਫ ਉਸ ਤੋਂ ਬਾਅਦ ਫਿਰ ਉਸੇ ਅੱਗੇ ਜਿਹੜੀ ਚੀਜ਼ ਨੂੰ ਇਸੇ ਚੀਜ਼ ਨੂੰ ਅੱਗੇ ਸੁਮੇਤ ਸੈਣੀ ਕੈਰੀ ਕਰਦਾ ਔਰ ਇਹ ਬੰਦੇ ਜੇ ਤੁਸੀਂ ਕ੍ਰਾਈਮ ਦੀ ਗੱਲ ਕਰੋ ਇੱਕ ਟਰਮ ਆਉਂਦੀ ਹੈ ਸ਼ੈਡਨ ਫਰਾਡੇ ਕ੍ਰਾਈਮ ਦੇ ਵਿੱਚ ਅੰਗਰੇਜ਼ੀ ਦਾ ਲਫ਼ਜ਼ ਆ ਜਿਹੜੇ ਬੰਦੇ ਨੂੰ ਕਿਸੇ ਨੂੰ ਦੁੱਖ ਦੇ ਕੇ ਮਜ਼ਾ ਆਉਂਦਾ ਉਹਨੇ 3 ਡਿਗਰੀ ਟਾਰਚਰ ਕੀਤੇ ਨੇ ਹੁਣ ਇਹ ਨਹੀਂ ਸਾਰੇ ਅਫਸਰ ਹੀ ਇਹੋ ਜਿਹੇ ਨੇ ਇਹਨਾਂ ਦੇ ਵਿੱਚ ਜੇਲ ਕਸਟਡੀਜ਼ ਦੇ ਵਿੱਚ ਇੱਕ ਪ੍ਰਕਾਸ਼ ਸਿੰਘ ਵਰਗੇ ਕਾਬਿਲ ਆਈਪੀਐਸ ਅਫਸਰ ਵੀ ਹੋਏ ਨੇ ਜਿਨ੍ਹਾਂ ਨੇ ਜੇਲ ਇਨਮੇਟਸ ਤੇ ਸਟੱਡੀ ਕੀਤੀ ਆ ਬਹੁਤ ਕੰਮ ਕੀਤਾ ਪਰ ਗੱਲ ਇਹ ਆ ਨਾ ਕਿ ਪ੍ਰਸ਼ਾਸਨ ਕਰ ਕੀ ਰਿਹਾ ਜੇ ਹੁਣ ਅਸੀਂ ਕੰਟਰਾਸਟ ਦੇਖੀਏ ਆਹੀ ਕੁਛ ਇਸ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਦੇ ਵਿੱਚ ਇੱਕ ਵਾਰ ਹੋਇਆ ਸੀਗਾ ਐਦਾਂ ਹੀ ਇਨੋਸੈਂਟ ਜਿਹੜੇ ਸਿੱਖ ਯੂਥ ਆ ਤੁਸੀਂ ਦੇਖੋ ਕਿ ਕੋਈ ਮਾਂ ਦੀ ਕੱਖ ਚੋਂ ਅੱਤਵਾਦੀ ਬਣ ਕੇ ਪੈਦਾ ਨਹੀਂ ਹੁੰਦਾ ਉਸ ਵੇਲੇ ਜਿਹੜੇ ਰਾਹ ਚੋਣੇ ਉਹ ਕਈ ਵਾਰੀ ਕਿਸੇ ਦਾ ਕਤਲ ਕਰਨਾ ਹੋਰ ਕਤਲਾਂ ਨੂੰ ਬਚਾਉਣਾ ਹੁੰਦਾ ਸਾਡੇ ਕੋਲ ਦੋ ਐਗਜ਼ਾਮਪਲਸ ਨੇ ਇੱਕ ਭਾਈ ਜਸਵੰਤ ਸਿੰਘ ਖਾਲੜਾ ਦੀ ਹੈ ਜਿਨ੍ਹਾਂ ਨੂੰ ਖੁਦ ਉਸ ਵੇਲੇ ਕਰ ਦਿੱਤਾ ਗਿਆ ਤੇ ਦੂਜੀ ਸਾਡੇ ਕੋਲ ਭਾਈ ਜਗਤਾਰ ਸਿੰਘ ਹਵਾਰਾ ਦੀ ਹੈ ਤੁਸੀਂ ਕ੍ਰਾਈਮ ਦਾ ਡਾਟਾ ਪੜ੍ਹ ਲਓ ਜਦੋਂ ਉਹਨਾਂ ਨੂੰ ਆਹ ਸਟੈਪ ਲੈਣਾ ਪਿਆ ਉਸ ਤੋਂ ਬਾਅਦ ਤੁਸੀਂ ਦੇਖ ਲਓ ਡੈਥ ਰੇਟ ਕਿੰਨਾ ਘਟ ਗਿਆ ਪੰਜਾਬ ਚ ਇਨੋਸੈਂਟ ਯੂਥ ਦਾ ਆਪਾਂ ਨਾਰਮਲੀ ਗੱਲ ਕਰਦੇ ਹਾਂ ਪਿਨਿਸ਼ਮੈਂਟ ਦੀ ਕਰਾਇਮ ਦਾ ਜਿਹੜਾ ਜਵਾਬ ਹੈ ਪਨਿਸ਼ਮੈਂਟ ਹੁੰਦੀ ਹੈ ਤਾਂ ਕਿ ਸੋਸਾਇਟੀ ਰਿਫਾਰਮ ਹੋ ਸਕੇ ਜਿਹੜਾ ਸਾਰਾ ਸਿਸਟਮ ਬਣਿਆ ਜਿੱਤੇ ਕਾਨੂੰਨ ਬਣਿਆ ਜਿੱਤੇ ਧਰਾਵਾਂ ਬਣੀਆਂ ਨੇ ਪੀਨਲ ਕੋਰਸ ਬਣੇ ਨੇ ਸਿਵਲ ਕੋਰਸ ਬਣੇ ਨੇ ਸਭ ਤੋਂ ਵੱਡੀ ਚੀਜ਼ ਹੈ ਲਾ ਜਿਹੜਾ ਖੜਿਆ ਉਹ ਖੜਿਆ ਇਕਵਿਟੀ ਜਸਟਿਸ ਗੁੱਡ ਕਨਸਾਇੰਸ ਇਕਵਿਟੀ ਬਰਾਬਰਤਾ ਜਸਟਿਸ ਨਿਆਂ ਗੁੱਡ ਕਨਸਾਇੰਸ ਨੇਕ ਨੀਤੀ ਆ ਤਿੰਨ ਪਿੱਲਰ ਤੋਂ ਸਾਰਾ ਕਾਨੂੰਨ ਜਿਹੜਾ ਹੀ ਇਵੋਲਵ ਹੋਇਆ ਹੁਣ ਆਹ ਤਿੰਨ ਪਿੱਲਰ ਹੀ ਖੇਡੇ ਖਾਉਂਦੇ ਫਿਰਦੇ ਨੇ ਇੱਥੇ ਅਸੀਂ ਵੱਡੇ ਵੱਡੇ ਇਨਸਾਫਾਂ ਦੀ ਗੱਲ ਤਾਂ ਦੂਰ ਐ ਫਿਰ ਇਸ ਤਰੀਕੇ ਦਾ ਵਰਤਾਰਾ ਦੂਜੀ ਸ਼੍ਰੇਣੀ ਦੇ ਨਾਗਰਿਕ ਪਾਣੂ ਮਹਿਸੂਸ ਕਰਾਉਂਦਾ ਫਿਰ ਜੇ ਸਾਡਾ ਕੁਝ ਨੌਜਵਾਨ ਜਿਨ੍ਹਾਂ ਕੋਲ ਪਾਸਟ ਦਾ ਏਡਾ ਦੁਖਾਂਤ ਆ ਪ੍ਰੈਜ਼ੈਂਟ 'ਚ ਵੀ ਸਾਡੇ ਦਾਗਦਾਰ ਨੇ ਜ਼ਖਮ ਨੇ ਫਿਊਚਰ 'ਚ ਕੀ ਉਮੀਦ ਲੈ ਕੇ ਜਾਊਗਾ ਨੌਜਵਾਨ ਮੈਸੇਜ ਕੀ ਹੈ ਜੀ ਮੈਸੇਜ ਇਹਦੇ ਉੱਤੇ ਇਹ ਹੈ ਕਿ ਪ੍ਰਸ਼ਾਸਨ ਨੂੰ ਤੁਹਾਡੇ ਇੰਟਰਵਿਊ ਦੇ ਜ਼ਰੀਏ ਵੀ ਅਪੀਲ ਹੈ ਕਿਉਂਕਿ ਪ੍ਰਸ਼ਾਸਨ ਕੋਲ ਛੋਟੀਆਂ-ਛੋਟੀਆਂ ਵੀਡੀਓਜ਼ ਪਹੁੰਚ ਜਾਂਦੀਆਂ ਜਿਦੇ ਵਿੱਚ ਲੋਕੀ ਜੈਨੂਇਨ ਕ੍ਰਿਟਿਸਿਜ਼ਮ ਕਰਦੇ ਨੇ ਜਿਦੇ ਵਿੱਚ ਲੋਕੀ ਜੈਨੂਇਨ ਕ੍ਰਿਟਿਸਿਜ਼ਮ ਕਰਦੇ ਨੇ ਉਹ ਨਾ ਉੱਤੇ ਵੀ ਐਕਸ਼ਨ ਲੈ ਲਿਆ ਜਾਂਦਾ ਮੀਡੀਆ ਨੂੰ ਕਿਸ ਤਰੀਕੇ ਦੇ ਨਾਲ ਮੋਖ ਕਰ ਦਿੱਤਾ ਗਿਆ ਤੁਸੀਂ ਬਿਹਤਰ ਜਾਣਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਹਨੂੰ ਬਲੈਕਮੇਲ ਕੀਤਾ ਜਾ ਸਕਦਾ ਕਿਸ ਤਰੀਕੇ ਦੇ ਨਾਲ ਕਿਦੀ ਜੜੀ ਈਮੋਸ਼ਨਲ ਵੀਕਨੈਸ ਹੈ ਜਾਂ ਕੀ ਕਿਥੋਂ ਕਿਵੇਂ ਕਰਕੇ ਚੁੱਪ ਕਰਾਇਆ ਜਾ ਸਕਦਾ ਕਿਵੇਂ ਗੰਡਤੁੱਪ ਕੀਤੀ ਜਾ ਸਕਦੀ ਹੈ ਤੁਸੀਂ ਬਿਹਤਰ ਜਾਣਦੇ ਹੋ ਪ੍ਰੈਸ ਦੀ ਆਜ਼ਾਦੀ ਦਾ ਪੰਜਾਬ ਦੇ ਵਿੱਚ ਪਿਛਲੇ ਕੁਝ ਮਹੀਨੇ ਪਹਿਲਾਂ ਕੀ ਹਾਲਤ ਸੀਗੀ ਤੁਸੀਂ ਬਿਹਤਰ ਜਾਣਦੇ ਹੋ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੇ ਘਰੇ ਕਿਵੇਂ ਛਾਪੇ ਗਏ ਪ੍ਰੈਸ ਜਰਨਲਿਸਟ ਨੂੰ ਕਿਵੇਂ ਡਰਾਇਆ ਗਿਆ ਤੁਸੀਂ ਸਭ ਬਿਹਤਰ ਜਾਣਦੇ ਹੋ ਤੇ ਹੁਣ ਜੋ ਹੋ ਰਿਹਾ ਹੈ ਉਹ ਵੀਡੀਓ ਜਿਹੜੀ ਹੈ ਕੋਈ ਆਮ ਇਨਸਾਨ ਵੀ ਦੇਖੇਗਾ ਨਾ ਜਿਹਨੂੰ ਬਹੁਤਾ ਇੰਨਾ ਕੁਝ ਨਹੀਂ ਪਤਾ ਉਹਨੂੰ ਵੀ ਸਮਝ ਆ ਜਾਊਗਾ ਕਿ ਪੁਲਿਸ ਆਫੀਸਰ ਕਿੱਡੀ ਵਧੀਕੀ ਕਰ ਰਿਹਾ ਹੈ ਮੈਨੂੰ ਨਹੀਂ ਲੱਗਦਾ ਕਿ ਪ੍ਰਸ਼ਾਸਨ ਤੱਕ ਇਹ ਚੀਜ਼ਾਂ ਨਹੀਂ ਪਹੁੰਚੀਆਂ ਤੇ ਕਮੇਟੀਆਂ ਇਸ ਕੌਸ ਨੂੰ ਲੈ ਕੇ ਪ੍ਰਸ਼ਾਸਨ ਆਪ ਕਰੇਗਾ ਤੇ ਬਹੁਤ ਵਧੀਆ ਉਹ ਇੱਕ ਵੈਲਕਮ ਸਟੈਪ ਹੋਊਗਾ ਕਿਉਂਕਿ ਹਕੂਮਤ ਉਹ ਹੀ ਕਰਦਾ ਜਿਹੜੇ ਦਿਲਾਂ ਤੇ ਰਾਜ ਕਰਦੇ ਆ ਐਂ ਤਾਂ ਮੁਰਗੇ ਦੇ ਸਿਰ ਤੇ ਵੀ ਕਲਗੀ ਹੁੰਦੀ ਆ ਉਹ ਨਹੀਂ ਤਾਜ ਸਮਝੀ ਫਿਰਦਾ ਲੋਕਾਂ ਨੇ ਜੇ ਐਡਾ ਕੌਨਫੀਡੈਂਸ ਜਤਾਇਆ 92 ਸੀਟਾਂ ਦਿੱਤੀਆਂ ਲੋਕੀ ਲਾ ਵੀ ਸਕਦੇ ਆ ਇਹ ਤੋਂ ਕਿਉਂਕਿ ਇਹੀ ਸੀ ਐਮ ਉਸ ਵੇਲੇ ਇਹ ਨਾ ਧਰਨਿਆਂ ਚ ਆ ਕੇ ਬਹਿਣਾ ਹੁੰਦਾ ਸੀ ਤੇ ਕਹਿੰਦਾ ਸੀ ਲੋਕੀ ਇਦਾਂ ਸੜਕਾਂ ਦਾ ਹੀ ਕਿਉਂ ਨੇ ਤੁਸੀਂ ਬਾਪੂ ਸੂਰਤ ਸਿੰਘ ਖਾਲਸਾ ਇਹਨਾਂ ਨਾਲ ਵੀਡੀਓਜ਼ ਦੇਖ ਲਓ ਤੇ ਜਾਂ ਹੋਰ ਦੇਖ ਲਓ ਮੀਡੀਆ ਤੇ ਤੁਹਾਨੂੰ ਬਹੁਤ ਕੁਝ ਲੱਭ ਜੂਗਾ ਮਤਲਬ ਮੈਂ ਹੈਰਾਨ ਹੋਂਨਾ ਕਿ ਵੀ ਸ਼ਾਇਦ ਇਹ ਸੀ ਐਮ ਦੀ ਕੁਰਸੀ ਦੇ ਵਿੱਚ ਕੁਝ ਇਹੋ ਜਿਹਾ ਇਫੈਕਟ ਆ ਵੀ ਉਤੋਂ ਬਾਅਦ ਬੰਦੇ ਦਾ ਦਿਮਾਗ ਬਦਲ ਜਾਂਦਾ ਸੋਚ ਬਦਲ ਜਾਂਦੀ ਹੈ ਵੀ ਜਿਹੜਾ ਉੱਤੇ ਬਹਿ ਜਾਂਦਾ ਪੰਜਾਬ ਦੇ ਹੱਕ ਦੀ ਗੱਲ ਹੀ ਨਹੀਂ ਕਰ ਪਾਉਂਦਾ ਕਿਉਂਕਿ ਇਹ ਸਾਰੀਆਂ ਸਾਡੀਆਂ ਰਾਈਟਸ ਨੇ ਸੰਵਿਧਾਨ ਨੇ ਦਿੱਤੀਆਂ ਨੇ ਪੋਲਿਟੀਕਲ ਰਾਈਟਸ ਨੇ ਲਿਬਰਟੀ ਇਕਵੈਲਟੀ ਪ੍ਰੋਪਰਟੀ ਪਰਸੂਟ ਆਫ ਹੈਪੀਨੈਸ ਆ ਤਿੰਨ ਚਾਰ ਚੀਜ਼ਾਂ ਤੇ ਅਮਰੀਕਾ ਬਣਿਆ ਜਿਹੜੀ ਵਰਲਡ ਦੀ 올ਡੇਸਟ ਡੈਮੋਕ੍ਰੇਸੀ ਆ ਤੇ ਆਹੀ ਸਾਰੇ ਪ੍ਰਿੰਸੀਪਲਸ ਸਾਡੇ ਫੰਡਾਮੈਂਟਲ ਰਾਈਟਸ ਨੇ ਮਨੁੱਖੀ ਅਧਿਕਾਰਾਂ ਚ ਨੇ ਬੁਨਿਆਦੀ ਹੱਕਾਂ ਚ ਨੇ ਜਿਨ੍ਹਾਂ ਦੇ ਉੱਤੇ ਦੁਨੀਆ ਦੀ ਸਭ ਤੋਂ ਲਾਰਜੈਸਟ ਜਿਹੜੀ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿੰਦੀ ਆ ਉਹ ਇੰਡੀਆ ਖੜੇ ਆ ਸੋ ਜੇ ਰੂਲ ਆਫ ਲਾ ਦੀ ਗੱਲ ਕਰੀਏ ਕਿਸੇ ਵੀ ਚੀਜ਼ ਦੀ ਗੱਲ ਕਰੀਏ ਬਿਲਕੁਲ ਨਾਕਾਬਿਲ ਵਰਦਸਤਿਆ ਮਨੁੱਖੀ ਅਧਿਕਾਰਾਂ ਦੇ ਤਾਂ ਪਰਖੱਚੇ ਉੱਡੇ ਪਏ ਆ ਇੱਥੇ ਸੋ ਇਹਦੇ ਬਾਬਤ ਸਾਡੀ ਕੋਸ਼ਿਸ਼ ਸਾਡੀ ਇਹ ਹੀ ਹੈ ਕਿ ਅਸੀਂ ਦੇਖ ਰਹੇ ਹਾਂ ਪ੍ਰਸ਼ਾਸਨ ਨੂੰ ਵੀ ਕਾਣੀ ਵੰਡ ਕਿੱਥੇ ਤੱਕ ਕਰ ਰਹੇ ਨੇ ਨਹੀਂ ਤਾਂ ਫਿਰ ਜੁਡੀਸ਼ਰੀ ਵੀ ਖੁੱਲੀ ਐ ਇਸ ਤੋਂ ਪਹਿਲਾਂ ਕਿਹੜਾ ਨਹੀਂ ਹੋਇਆ ਇਸੇ ਤਰੀਕੇ ਦੀਆਂ ਨਸਲ ਕੁਸ਼ੀ ਦੀਆਂ ਧਮਕੀਆਂ ਕੁਝ ਸਿਰਫ ਇਹ ਨੌਜਵਾਨਾਂ ਨੇ ਦਿੱਤੀਆਂ ਉਹ ਤੁਸੀਂ ਦੇਖਿਆ ਹੀ ਕਿ ਉਹ ਨਾ ਤਾਂ ਸਿਰਫ ਜੇਲ੍ਹ ਦੇ ਵਿੱਚ ਨੇ ਸਾਨੂੰ 6 ਮਹੀਨੇ ਲੱਗੇ ਐਫ ਆਈ ਆਰ ਦਰਜ ਕਰਾਉਣ ਨੂੰ ਪਰ ਉਸ ਤੋਂ ਬਾਅਦ ਦੋ ਵਾਰ ਉਹਨਾਂ ਨੇ ਬੇਲ ਅਪਲਾਈ ਕੀਤੀ ਦੋਨੋਂ ਵਾਰ ਕੈਨਸਲ ਹੋਈ ਆ ਕਿਉਂਕਿ ਐਟ ਲੀਸਟ ਅਸੀਂ ਸ਼ੁਕਰ ਕਰਦੇ ਹਾਂ ਸਿਸਟਮ ਦਾ ਕਿ ਕੁਝ ਚੀਜ਼ਾਂ ਲਾਅ ਦੇ ਹਿਸਾਬ ਨਾਲ ਚੱਲ ਰਹੀਆਂ ਆ ਆਮ ਵੈਰੀ ਥੈਂਕਫੁਲ ਟੂ ਜੁਡੀਸ਼ਰੀ ਜਿਨ੍ਹਾਂ ਨੇ ਸਾਰਾ ਕੁਝ ਮੈਰਿਟ ਤੇ ਦੇਖਿਆ ਜਿਨ੍ਹਾਂ ਨੂੰ ਅਸੀਂ ਵੀਡੀਓਜ਼ ਦਿਖਾਈਆਂ ਸਬੂਤ ਦਿਖਾਇਆ ਮੈਂ ਗੱਲ ਕਰਦਾ ਆਫਟਰਮਾਰਥ ਆਫ ਸੁਦੀਰ ਸੂਰੀ ਕਿਲਿੰਗ ਦੀ ਕੁਝ ਸਿਰਫਰੇ ਨੌਜਵਾਨ ਉੱਠਦੇ ਜਿਹੜੇ ਕਹਿੰਦੇ ਇੱਕ ਵੀ ਸਿੱਖ ਜਿੰਦਾ ਨਹੀਂ ਰਹਿਣ ਦੇਣਾ ਤੇ ਸੱਬੇ ਇੱਕ ਭਾਸ਼ਾ ਇਹ ਜੀ ਉਹਨਾਂ ਨੇ ਵਰਤੀ ਆ ਬਿਲਕੁਲ ਠੀਕ ਹੈ ਤੇ ਸਾਨੂੰ ਜੁਡੀਸ਼ਰੀ ਤੇ ਪੂਰਾ ਯਕੀਨ ਆ ਪਰ ਜੁਡੀਸ਼ਰੀ ਆਲਰੇਡੀ ਕਿੱਡੀਆਂ ਦਾ ਓਵਰਬਾਡਨ ਡਿਆ ਗੱਡਾ ਪਾ ਰਿਆ 32 ਜੱਜ ਨੇ ਸੁਪਰੀਮ ਕੋਰਟ ਦੇ 30 ਤੋਂ 32 ਵੈਰੀ ਹੁੰਦਾ ਰਹਿੰਦਾ ਨੰਬਰ ਕਿਉਂਕਿ ਤੁਸੀਂ ਦੇਖ ਸਕਦੇ ਹੋ ਛੋਟੇ ਚੱਲ ਰਹੀ ਆ ਸਾਰਾ ਕੁਝ ਜੇ ਤੁਸੀਂ ਆ ਚੀਜ਼ਾਂ ਬਾਰੇ ਵੀ ਮੀਡੀਆ ਵਾਲੇ ਜਾਣਕਾਰੀ ਰੱਖਦੇ ਹੋ ਤੇ ਉਹ ਸਾਰੇ ਦੇ ਸਾਰੇ ਜਿਹੜੇ ਆ ਮਸਲੇ ਨੇ ਸਿਰਫ 32 ਜਣਿਆਂ ਦੇ ਹਿੱਸੇ ਆਉਂਦੇ ਆ ਤੇ ਪ੍ਰਸ਼ਾਸਨ ਜਿਹੜਾ ਉਹ ਕੀ ਕਰ ਰਿਹਾ ਤੇ ਜਿਹੜੇ ਇੱਥੇ ਜ਼ਿੰਮੇਵਾਰ ਨਾਗਰਿਕ ਬੈਠੇ ਨੇ ਟੈਕਸ ਪੇਇੰਗ ਸਿਟੀਜ਼ਨਸ ਨੇ ਕਾਦੇ ਹਸਤੇ ਬੈਠੇ ਨੇ ਹੱਕਾਂ 'ਤੇ ਬੈਠੇ ਨੇ ਉਹਨਾਂ ਤੇ ਤਾਂ ਕੀ ਮਾਲਮ ਲਾਉਣੀ ਸੀ ਉਹ ਚੀਜ਼ਾਂ ਤੇ ਤਾਂ ਕੀ ਕਰਨਾ ਸੀ ਉਲਟਾ ਹੋਰ ਅਟੈਕ ਕਰਤਾ ਬਿਲਕੁਲ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਐਡਵੋਕੇਟ ਗਰਮੋਹਨ ਸਿੰਘ ਦੇ ਨਾਲ ਤਾਂ ਕੌਮੀ ਮੋਰਚੇ ਦੇ ਨਾਲ ਰਲ ਕੇ ਜਿਸ ਤਰੀਕੇ ਦੀ ਕਾਰਵਾਈ ਕਰਦੇ ਭਵਿੱਖ ਦੇ ਵਿੱਚ ਨਜ਼ਰ ਆਉਂਦੇ ਨੇ ਤਾਂ ਉਹ ਵੀ ਕਿਤੇ ਨਾ ਕਿਤੇ ਕਾਬਲੇ ਗੌਰ ਰਹੇਗੀ ਔਰ ਖਾਸ ਕਰ ਜਿਹੜੇ ਪ੍ਰਸ਼ਾਸਨ ਦੇ ਵੱਡੇ ਮੁਖ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਵੀ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਇਸ ਘਟਨਾਕਰਮ ਦੇ ਉੱਪਰ ਲਿਆਂਦੀ ਜਾਂਦੀ ਹੈ ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ